ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਖਰੀਆਂ ਖਰੀਆਂ ਦੋਸਤੋ, ਭਗਵੰਤ ਮਾਨ ਨੂੰ ਉਦੋਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਉਸਦੇ ਆਪਣੇ ਹੀ ਵਰਕਰਾਂ ਨੇ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੰਡੋਰੀ ਦੇ ਪਿਤਾ ਜੀ ਦੀ ਡੈਥ ਹੋਈ ਸੀ ਔਰ ਸੰਸਕਾਰ 'ਤੇ ਗਏ ਹੋਏ ਸਨ ਭਗਵੰਤ ਮਾਨ ਜੀ ਔਰ ਉਸ ਦੇ ਨਿੱਜੀ ਦੋਸਤ, ਔਰ ਇੱਥੋਂ ਤੱਕ ਕਹਿ ਸਕਦੇ ਹਾਂ ਕਿ ਉਹ ਲੋਕ, ਉਹ ਵਰਕਰ ਸਨ ਜਿਨ੍ਹਾਂ ਨੇ ਭਗਵੰਤ ਮਾਨ ਦੇ ਇੱਕ ਫੋਨ 'ਤੇ ਰੈਲੀਆਂ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੰਦੇ ਸਨ। ਉਹਨਾਂ ਲੋਕਾਂ ਨੇ ਭਗਵੰਤ ਮਾਨ ਦਾ ਵਿਰੋਧ ਕੀਤਾ। ਔਰ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇੱਕ ਰੈਲੀ ਕੀਤੀ ਸੀ, ਕਾਨਫਰੰਸ ਕੀਤੀ ਸੀ। ਉਸ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਬਲਕਿ RSS ਦੇ ਵਰਕਰ ਗਏ ਸਨ ਔਰ ਇਸ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਆ ਗਿਆ ਗੁੱਸਾ ਔਰ ਉਹ ਹੰਗਾਮਾ ਪਹਿਲਾਂ ਦਿਖਾਉਣਾ ਚਾਹੁੰਦਾ। ਹੰਗਾਮੇ ਦੇ ਦੌਰਾਨ ਹੀ ਅਲੱਗ ਅਲੱਗ ਲੋਕਾਂ ਨੇ ਆਪਣੀ ਆਪਣੀ ਭਾਸ਼ਾ ਵਿੱਚ ਕੀ ਕਿਹਾ, ਸੁਣੋ ਤੁਸੀਂ ਵੀ। ਆਪਦੇ ਹਲਕੇ 'ਚੋਂ 18 ਬੱਸਾਂ ਲੈ ਕੇ ਗਏ ਸੀ ਭਰ ਕੇ। ਭਗਵੰਤ ਮਾਨ ਨੇ ਇਹ ਦਿੱਤਾ ਸੀਗਾ ਵੀ ਜਿਹੜੇ ਉੱਥੇ ਗਏ ਉਹ RSS ਨੇ ਭੇਜੇ ਸੀ BJP ਨੇ। ਅਸੀਂ ਸਾਡੇ ਮਾਣਯੋਗ ਸਤਿਕਾਰਯੋਗ AP ਸਾਹਿਬ ਨੂੰ ਇੱਕੋ ਗੱਲ ਪੁੱਛਦੇ ਸੀ ਵੀ ਇਹ ਦੱਸ ਦਿਓ ਜੀ ਅਸੀਂ ਤੁਹਾਡੇ ਨਾਲ ਸੀਗੇ। ਕਹਿੰਦਾ ਹਾਂ, ਫਿਰ ਅਸੀਂ ਆਖਿਆ ਸੀ RSS ਦੇ ਹਾਂ। ਇੰਨੇ ਕਹਿਣ 'ਤੇ ਉਹਦੇ ਗਨਮੈਨ ਵਰਕਰਾਂ ਨੂੰ ਧੱਕੇ ਮਾਰਨ ਲੱਗੇ। ਜਦੋਂ ਧੱਕੇ ਮਾਰਨ ਲੱਗੇ ਬਾਈ ਜੀ ਸਾਨੂੰ ਉਹ ਫਿਰ ਵਰਕਰਾਂ ਨੇ ਗੁੱਸੇ ਜਾ ਕੇ ਨਾਅਰੇਬਾਜ਼ੀ ਕਰਨੀ ਸੀ। ਕੀ ਵਰਕਰ ਆਪਦੇ ਨੇਤਾ ਨੂੰ, ਆਪਦੇ ਲੀਡਰ ਨੂੰ ਦੁੱਖ ਵੀ ਨਹੀਂ ਦੱਸ ਸਕਦੇ? ਅਸੀਂ ਤਾਂ ਸਿਰਫ ਇਹ ਪੁੱਛਣ ਦੇ ਲਈ ਰੋਕਿਆ ਵੀ ਸਾਨੂੰ ਦੱਸ, ਮਾੜਾ ਪਛਾਣ ਤਾਂ ਸਕਦੇ ਹੋ ਤੁਸੀਂ ਜਾਂ ਫਿਰ ਵੱਡੇ ਲੀਡਰਾਂ ਕੋਲ, ਧਨਾਟ ਪਾਰਟੀਆਂ ਕੋਲ, ਤੁਹਾਡੀ ਦਿਮਾਗ ਦੇ ਵਿੱਚ ਵੀ ਅਸੀਂ ਕੀੜੇ ਮਕੌੜੇ ਹਾਂ। ਉਹਨਾਂ ਨੇ ਸਾਡੇ ਨਾਲ ਧੱਕਾ ਮੁੱਕੀ ਕੀਤੀ ਆ ਜੀ। ਉਹਨਾਂ ਦੇ ਜਿਹੜੇ ਬਾਕਸਰ, ਉਹਨਾਂ ਦੇ ਮੁੰਡੇ ਅਸੀਂ ਰੱਖੇ ਬਾਂਸਰ, ਉਹਨਾਂ ਨੇ ਲੱਤਾਂ ਮਾਰੀਆਂ ਸਾਡੇ ਨਿਰਮਲ ਸਿੰਘ ਦੀ ਗੱਡੀਆਂ ਨੇ, ਮੈਨੂੰ ਵੀ ਧੱਕਾ ਮਾਰਿਆ। ਅਤੇ ਅਸੀਂ ਕੱਲ੍ਹ ਨੂੰ ਪਾਰਟੀ ਦਾ ਵੀ ਮੰਨ ਕੇ ਚੱਲੋ, ਸਾਨੂੰ ਕੋਈ ਸਾਡੇ ਉੱਪਰ ਤਲਵਾਰ ਲਟਕਦੀ ਆ, ਅਸਤੀਫੇ ਪਾਰਟੀ ਤੋਂ ਵੀ ਦੇਣੇ ਪੈਂਦੇ ਆ। ਮਾਨ ਸਾਹਿਬ ਦਾ ਵਿਰੋਧ ਤਾਂ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ ਜਿੰਨਾ ਚਿਰ ਇਹ ਬੰਦਾ ਸਿੱਧਾ ਹੋ ਕੇ ਪਹਿਲਾਂ ਵਾਂਗੂ 2014 ਵਾਂਗੂ ਸਿੱਧਾ ਹੋ ਕੇ ਵਲੰਟੀਅਰਾਂ ਦੇ ਵਿੱਚ, ਵੋਟਰਾਂ ਦੇ ਵਿੱਚ ਆਉਂਦਾ ਨਹੀਂ, ਇਸੇ ਤਰ੍ਹਾਂ ਵਿਰੋਧ ਇਹਦਾ ਜਾਰੀ ਰੱਖੂਗਾ 2019 ਤੱਕ। ਦੇਖੋ ਜੀ, ਸ਼ਾਇਦ ਇਹ ਹੋ ਰਿਹਾ ਕਿ ਤੁਸੀਂ ਸਟੇਜਾਂ ਤੋਂ ਫੜ ਕੇ ਲੋਕਾਂ ਨੂੰ ਭੜਕਾਇਆ ਜਾਵੇ ਕਿ ਤੁਸੀਂ ਇਹਨਾਂ ਦਾ ਵਿਰੋਧ ਕਰੋ ਪਿੰਡਾਂ 'ਚ, ਭਰਾਵਾਂ ਨੂੰ ਭਰਾਵਾਂ ਨਾਲ ਲੜਾਉਣ ਲਈ ਸਟੇਜਾਂ ਤੋਂ ਫੜ ਕੇ ਪੰਜ ਜਿੱਤੇ ਜਾਣ, ਤਾਂ ਇਹ ਕੁਝ ਕਰੂਗੀ। ਦੋਸਤੋ, ਇਹ ਮਹਿਲ ਕਲਾਂ ਦੇ ਲੋਕ ਨੇ ਔਰ ਪੰਡੋਰੀ ਸਾਹਿਬ ਨੂੰ ਵੀ ਕਹਿ ਰਹੇ ਨੇ ਕਿ ਤੂੰ ਕਿਸੇ ਨਾ ਕਿਤੇ ਖਹਿਰਾ ਸਾਹਿਬ ਦੇ ਹੱਕ ਵਿੱਚ ਆ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨਿਤੜਕ ਆਦਮੀ ਨੇ ਔਰ ਜੋ ਗੱਲ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ। ਔਰ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਭਗਵੰਤ ਮਾਨ ਦਾ ਹਮੇਸ਼ਾ ਵਿਰੋਧ ਕਰਦੇ ਰਹਾਂਗੇ ਕਿਉਂਕਿ ਭਗਵੰਤ ਮਾਨ ਨੇ ਅੱਜ ਤੱਕ ਆਪਣੀ ਸੁਣੀ ਹੈ, ਸਾਡੀ ਕੋਈ ਵੀ ਨਹੀਂ ਸੁਣੀ। ਹੁਣ ਵੇਖਣਾ ਇਹ ਹੋਏਗਾ ਦੋਸਤੋ ਕਿ ਭਗਵੰਤ ਮਾਨ ਆਪਣੇ ਇਹਨਾਂ ਵਰਕਰਾਂ ਨੂੰ ਮਨਾਉਣ ਵਿੱਚ ਸਫਲ ਹੁੰਦੇ ਹੈ ਜਾਂ ਨਹੀਂ। ਪ੍ਰੋਗਰਾਮ ਦੇ ਅੰਤ 'ਚ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਮੇਲ ਕਰੋ avanlivepunjab@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6288837329 'ਤੇ ਕਰ ਸਕਦੇ ਹੋ। ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਫੋਰ ਆਲ ਅਪਡੇਟਡ ਨਿਊਜ਼ please subscribe Ava News and click the bell icon.